स्वागत है किसान वीरों तुहाडा सिद्धक डेयरी फार्मिंग दे विच। किसान वीरों अज जिहड़ी वीडियो बना रहे हैं पिंड ढलवां कलां, ये पिंड फरीदकोट जिले का ते कोटकपुरे दे बिल्कुल नाल है। कोटकपुरे तो बठिंडे वाली जिहड़ी सड़क है हाईवे है जिहड़ा, वह भी इस पिंड दे इक पासे दी लंघ है ते दूजे पासे दी जिहड़ा पहलां वाला रोड सी, पहलां वाली सड़क सी पुरानी, वह लंघदी है। जिहड़े घर चों वीडियो बना रहे हैं दसो, पशु तो दो की है घर च, पर शौक चंगे पशुओं का होने करके इन्होंने मझ हरियाणे चो खरीदी पिछले सूए। किन्ना दुध दिता वो बाई जी हरी आपां नूं दसणगे। इस टाइम कैनवा सूआ तो किन्ने दिन लू ये भी आपां डिटेल पुछ लांगे, पर जे आपां ओवरऑल वैसे मझ नूं देखदे हां दोस्तों तो हवाना करम वाली अद्धे फुट अंगू तो पछाण नूं करी बैठी है, बाकी अजे दिन लूगी, किन्ने क दिन लै जूए आपां पुछांगे जरूर, पर जदों सूगी उदों इदों हवाना होर पिछे नूं हो जूगा। सो आओ दोस्तों डिटेल पुछिए, पर उदू पहला देखो करमाली का हवाना अजे दिन लेंदी है सून च। थाना का सहज बहुत सोहना दिसदा होगा, थोनू पसमाज किन्ना क सोहना होगा वह भी पता लग जू। तो यदी चवाई जी है ना धार, ये पहला ही गल्लां जिवें आपां आके पशु बारे करते हैं जां पुछदे हैं तो उदों बाई होरी दसदे सी वी उंगल अर्की मोटी धार आउंदी आ, आपां पुछांगे जरूर। सो वीडियो नूं लास्ट तक देखियो, जिहनूं पसंद आजूगी वह वीर आके तसली कर सकदा, थोड़ी समझ च आऊ तो तुसीं खरीदनी है, नंबर स्क्रीन पर चलता रहेगा। आओ बाई तो इहदे बारे जानकारी लईए। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਾਮ ਦੱਸੋ ਜੀ ਆਪਣਾ। ਮੇਰਾ ਨਾਮ ਅੰਗਰੇਜ਼ ਸਿੰਘ ਹੈ, ਤੁਹਾਨੂੰ ਗੇਜੀ ਗੇਜੀ ਕਹਿੰਦੇ ਪਏ। ਠੀਕ ਹੈ। ਅੱਛਾ ਅੰਗਰੇਜ਼ ਬਾਈ, ਅੱਜ ਆਪਾਂ ਇੱਕ ਮੱਝ ਵੇਚਣ ਲੱਗੇ ਹਾਂ। ਪਿਛਲੇ ਸੂਏ ਖਰੀਦੀ ਸੀ? ਹਾਂਜੀ ਪਿਛਲੇ ਸੂਏ ਖਰੀਦ ਲਏ। ਹਰਿਆਣੇ ਦੇ ਵਿੱਚ ਆਈ ਸੀ? ਹਾਂ ਹਰਿਆਣੇ ਤੋਂ। ਐਤਕੀ ਸੂਆ ਕਿੰਨਾ ਮੈਂ ਦਾ? ਇਹ ਤੀਜਾ ਹੁੰਦੀ ਹੁਣ। ਦੂਜੇ ਸੂਏ ਕਿੰਨਾ ਦੁੱਧ ਚੋ ਕੇ ਲਿਆਂਦੇ? ਦੂਜੇ ਸੂਏ 20 ਲੀਟਰ ਚੋ ਕੇ ਲਿਆਂ। ਉੱਥੋਂ 20 ਲੀਟਰ ਚੋ ਲਿਆ ਸੀ? ਹਾਂ ਚਾਰ ਦਿਨ। ਕਿੰਨੇ ਕ ਦਿਨ ਲੈ ਜੂਗੀ ਹੁਣ? ਇਹ 10 ਤਰੀਕ ਨੂੰ ਦਿਨ ਪੂਰੇ ਆ ਤੇ ਹੋ ਸਕਦਾ 5-4 ਦਿਨ ਵੱਧ ਵੀ ਲੈ ਜੇ। ਅੱਜ 8 ਹੈ, 2 ਦਿਨ ਰਹਿ ਗਏ ਦਿਨ ਪੂਰੇ। ਹਾਂ 2 ਦਿਨ ਰਹਿ ਗਏ ਦਿਨ। ਅੱਛਾ ਟੀਕਾ ਭਰਾਇਆ ਜਾਂ ਕ੍ਰਾਸ ਕਰਾਈ ਝੋਟੇ? ਟੀਕਾ ਵੀ ਭਰਾਇਆ ਤੇ ਮੁਰਕੀ ਸਾਂ ਤੋਂ ਕਰਾਈ ਇੱਥੇ ਪਿੰਡੋਂ ਸਾਂ ਚੰਗਾ। ਅੱਛਾ ਉਹ ਤੋਂ ਕ੍ਰਾਸ ਕਰਾਈ ਵੀ ਹੈ? ਹਾਂ ਠੀਕ ਹੈ ਬਾਈ, ਕੀ ਰੇਟ ਰੱਖਦੇ ਹੋ ਤਾਂ? ਰੇਟ ਤਾਂ ਫੋਨ ਤੇ ਦੱਸ ਦੇਣਗੇ। ਫੋਨ ਤੇ ਦੱਸਾਂਗੇ। ਪਿਛਲੇ ਸੂਏ ਬੱਚਾ ਕੀ ਦਿੱਤਾ ਸੀ? 30,000 ਲੱਖ। ਸੋ ਦੱਸੋ ਇਹਦੀ ਪਿਛਲੇ ਸੂਏ ਵਾਲੀ ਕੱਟੀ ਤੁਹਾਨੂੰ ਦਿਖਾ ਦਿੰਦਾ, ਇਹ ਮੱਝ ਦੀ ਇਸ ਦੀ ਕੱਟੀ ਹੈ, 13 ਮਹੀਨੇ ਬਾਈ ਜੀ ਦੱਸਦੇ ਉਮਰ ਹੈ। ਬਹੁਤ ਸੋਹਣੀ ਸੰਭਾਲ ਕੀਤੀ ਹੈ ਤੇ ਕਰਮ ਵਾਲੀ। ਜਿਹੜੀ ਗੱਲ ਆਪਾਂ ਪਹਿਲਾਂ ਕਰਦੇ ਹੁੰਦੇ ਨਾ ਵੀ ਘਰ 'ਚ ਪਸ਼ੂ ਭਾਵੇਂ ਘੱਟ ਹੋਣ ਪਰ ਹੋਣ ਚੰਗੇ, ਇੱਕ ਅੱਧੀ ਚੰਗੀ ਮੱਝ ਆ ਜੇ ਇਸ ਤਰ੍ਹਾਂ ਰਵਾ ਬਣਦਾ ਦੋਸਤੋ। ਤੁਸੀਂ ਦੇਖੋ ਇਦਾਂ ਦੀ ਕੱਟੀ, ਇਦਾਂ ਦੀ ਮੱਝ ਦੇ ਪੇਟੋਂ ਹੀ ਪੈਦਾ ਹੋ ਸਕਦੀ ਹੈ। ਬਰੀਕੀਆਂ ਫੁੱਲ ਹੈ, ਪੈਠਪੂੜੇ ਦੀ ਸੋਹਣੀ ਕੱਟੀ। ਉਹ ਮਿਹਨਤ ਆਪਾਂ ਇਹਦੀ ਮਾਂ ਦੀ ਵੀਡੀਓ ਬਣਾਉਣ ਲੱਗੇ ਹਾਂ, ਪਰ ਇਹ ਤੁਹਾਨੂੰ ਕੱਟੀ ਤਾਂ ਦਿਖਾਤੀ ਵੀ ਚੰਗੀ ਮੱਝ ਚੰਗੇ ਬੱਚੇ ਪਾਉਂਦੀ ਹੈ। ਆਓ ਤੋੜ ਕੇ ਦਿਖਾਈਏ ਤੁਹਾਨੂੰ, ਖੋਲੋ ਜੀ। ਰੇਟ ਇਹਦਾ ਫੋਨ ਤੇ ਰਹਿਣਾ ਦੋਸਤੋ, ਤੇ ਹਵਾਨਾ ਕਰਮ ਵਾਲੀ ਹੁਣ ਜਿੰਨਾ ਬਣਾਈ ਬੈਠੀ ਹੈ ਤੂੰ ਡੂਡਾ ਤਾਂ ਕਰ ਜੂਗੀ, ਕਿਉਂਕਿ ਦਿਨ 2 ਪਏ ਆ ਦਿਨ ਪੂਰੇ ਹੋਣ 'ਚ, ਤੇ ਕੁਛ ਦਿਨ ਪਸ਼ੂ ਉੱਤੇ ਵੀ ਲੈਂਦਾ। ਰੇਟ ਫੋਨ ਤੇ ਹੈ, ਬਰੀਕ ਚਮੜੀ ਦੀ ਹੈ, ਆ ਕੇ ਵੀ ਦੇਖੋਗੇ ਤੁਹਾਨੂੰ ਇਹ ਗੱਲਾਂ ਮਿਲਣਗੀਆਂ। ਸਿੰਗ ਦੀ ਸ਼ੇਪ ਡਿਫਰੈਂਟ ਆ ਦੋਸਤੋ, ਇੱਕ ਸਾਈਡ ਤੋਂ ਗੋਲ ਕੁੰਡਾ, ਦੂਜਾ ਥੋੜਾ ਪਿਛਲੇ ਪਾਸੋਂ ਦੂਜੇ ਪਾਸੇ ਨੂੰ ਜਾਂਦਾ, ਦੋਨਾਂ ਦੀ ਆਪਸ ਵਿੱਚ ਡਿਫਰੈਂਟ ਵੱਖਰੀ ਸ਼ੇਪ ਹੈ। ਢਾਂਚਾ ਦੇਖੋ ਮੱਝ ਦਾ, ਸੂ ਤਾਂ ਸ਼ਾਇਦ ਦੱਸੋ ਦਿਨ ਪੂਰੇ ਕਰੂਗੀ ਤੇ ਉਦੋਂ ਬਾਅਦ 'ਚ ਛੇਤੀ ਸੂਪੇ, ਪਰ ਸੋਹਣੀ ਮੱਝ ਹੈ ਸਟਰਕਚਰ ਵੱਲੋਂ ਵੀ, ਤੇ ਇਹਦਾ ਥਣ ਹਵਾਨਾ ਵੀ ਬੜਾ ਚੰਗਾ, ਵਜਨ ਚੰਗਾ ਦੋਸਤੋ, ਸੋਹਣੇ ਕੱਦ ਕਾਠ 'ਚ ਆ। ਤੁਸੀਂ ਪਰਲੇ ਪਾਸੇ ਤੁਰੋ ਇਹਦੇ ਜੀ। ਸੋ ਦੇਖੋ ਮੱਝ ਹਜੇ ਦੋਸਤੋ ਬਾਈ ਜੀ ਹੋਰੀ ਦੱਸ ਰਹੇ ਆ ਵੀ ਇਹ ਬਹੁਤ ਹਵਾਨਾ ਬਣਾਊਗੀ, ਹਜੇ ਤਾਂ ਇਹਦਾ ਹਵਾਨਾ ਤਿਆਰੀ ਦੇ ਹਿਸਾਬ 'ਤੇ ਕੁਛ ਵੀ ਨਹੀਂ ਹੈ। ਫਿਰ ਘੁਮਾਉਣੀ ਉੱਧਰ ਨੂੰ ਵੀ ਫਿਰ ਲੈ ਜਾਣੀ ਆਪਾਂ ਜੀ, ਗੋਹਾ ਕਰ ਲੈਣ ਦਿਓ। ਸੋ ਦੋਸਤੋ ਇਹਦਾ ਤੁਸੀਂ ਥਣ 'ਤੇ ਹਵਾਨਾ ਹੁਣ ਵੀ ਦੇਖ ਸਕਦੇ ਹੋ, ਸਾਈਡਾਂ ਤੋਂ ਵੀ ਥਣ ਦਾ ਸਾਈਜ ਬਹੁਤ ਸੋਹਣਾ ਹੈ। ਪਰਲੇ ਪਾਸੇ ਹੋ ਜਾਓ ਜੀ ਆਪ, ਢਾਂਚਾ ਤੁਸੀਂ ਮੱਝ ਦਾ ਦੇਖ ਸਕਦੇ ਹੋ ਦੱਸੋ, ਚੰਗੇ ਵਜ਼ਨ ਦੀ ਹੈ, ਕੱਦ ਜਿਹੜਾ ਉਹ ਦਰਮਿਆਨਾ ਮੰਨਾਂਗੇ ਪਰ ਵਜ਼ਨ ਬਹੁਤ ਹੈ। ਇੱਧਰਲੇ ਪਾਸੇ ਦਾ ਸਿੰਗ ਬਹੁਤ ਸੋਹਣਾ, ਬਿਲਕੁਲ ਕੁੰਡਾ, ਦੂਜੇ ਸਿੰਗ ਦੀ ਥੋੜ੍ਹੀ ਸ਼ੇਪ ਵੱਖਰੀ ਜ਼ਰੂਰ ਦਿਸਦੀ ਹੈ। ਸੋ ਹਵਾਨਾ ਤੁਸੀਂ ਇੱਥੋਂ ਤੁਰਦੀ ਤੋਂ ਵੀ ਦੇਖ ਰਹੇ ਹੋ, ਬਹੁਤ ਸੋਹਣੇ ਢਾਂਚੇ ਦੀ ਹੈ ਮੱਝ ਦੋਸਤੋ, ਫੋਰ ਸੇਲ ਹੈ ਅਤੇ ਅੱਜ ਦੀ ਵੀਡੀਓ 'ਚ ਨਾਗ ਇੱਕ ਹੀ ਹੈ ਪਰ ਉਹ ਚੰਗੀ ਮੱਝ ਤੁਹਾਨੂੰ ਦਿਖਾ ਰਿਹਾ। ਰੇਟ ਫੋਨ 'ਤੇ ਰਹਿਣਾ, ਥਣਾਂ 'ਚ ਵਿੱਥੀ ਇੱਥੋਂ ਕਲੀਅਰ ਹੁੰਦੀ ਹੈ, ਤੁਰਦੀ ਤੋਂ ਵੀ ਹਵਾਨਾ ਪਛਾਣ ਨੂੰ ਤੁਸੀਂ ਦੇਖ ਰਹੇ ਹੋਵੋਗੇ, ਬਹੁਤ ਸੋਹਣਾ ਦਿਸਦਾ, ਬਾਕੀ ਬਹੁਤ ਸੋਹਣੀ ਤਿਆਰ ਕਰਨ ਵਾਲੀ ਹੋਊਗੀ, ਹਜੇ ਦਿਨ ਇਹਦੇ ਪਏ ਆ। ਸੋ ਦੁੱਧ ਤਾਂ ਬਾਈ ਜੀ ਹੋਰੀ ਕਹਿੰਦੇ ਵੀ 25 ਲੀਟਰ ਦੀ ਉਮੀਦ ਹੈ, 20 ਤਾਂ ਪਿਛਲੇ ਸੂਏ 'ਚ ਹੋਇਆ ਹੈ। ਮਿਲਕ ਵੇਨ ਦੱਸੋ ਇਹਦੇ, ਬਹੁਤ ਸੋਹਣੀ ਹੈ ਜਿਹੜੀ ਉਹ ਹਵਾਨੇ ਵੱਲ ਨੂੰ ਆਉਂਦੀ ਹੈ। ਢਾਂਚਾ ਦੇਖੋ ਮੱਝ ਦਾ, ਜਚੂਗੀ ਤੁਹਾਨੂੰ ਬਹੁਤ ਵੱਡੇ ਹਵਾਨੇ ਦੀ ਸੋਹਣੀ ਮੱਝ, ਫੋਰ ਸੇਲ। ਪਸੰਦ ਆਵੇ ਤਾਂ ਕਾਲ ਕਰ ਲਓ ਜੇ ਢਲਵਾਂ ਕਲਾਂ ਕੋਟਕਪੂਰੇ ਦੇ ਬਿਲਕੁਲ ਨਾਲ ਦੋਸਤੋ, ਇਹ ਪਿੰਡ ਹੈ ਅਤੇ ਬਾਈ ਅੰਗਰੇਜ਼ ਸਿੰਘ ਕੋਲੋਂ ਆਪਾਂ ਇਹ ਜਿਹੜੀ ਵੀਡੀਓ ਉਹ ਅੱਜ ਦੀ ਬਣਾ ਰਹੇ ਹਾਂ। ਸੋ ਨਾਗ ਦੋਸਤੋ ਅੱਜ ਦੀ ਇਸ ਵੀਡੀਓ 'ਚ ਇੱਕ ਹੀ ਵਿਕਰੀ ਵਾਲਾ ਸੀ,
बहुत मेहरबानी थोड़ी वीडियो देखने वास्ते अंदर रुकती है तो मैं फिर थोड़ा नेड़े तो थोड़ी मज होर दिखा दूँ। बन लो अंदर जी, बस देखो हवाना दसो, ਬਰੀਕ ਪਤਲਾ ਹਵਾਨਾ ਹੈ। ਸੋ ਇਹਦਾ ਕਿਤੇ ਵੀ ਮੋਟਾ ਮਾਸ ਨਾ ਤਾਂ ਮੱਝ ਦੇ ਉੱਤੇ ਹੈ ਅਤੇ ਨਾ ਹਵਾਨੇ ਦੇ ਉੱਤੇ ਦਿਸਦਾ। ਇੱਥੋਂ ਤੁਸੀਂ ਹਵਾਨਾ ਇਹਦਾ ਦੇਖ ਸਕਦੇ ਹੋ। ਥੰਨ ਦਾ ਸਾਈਜ਼ ਦੋ ਬਟਨ ਵੀ ਲੱਗੇ ਹੈ, ਬਾਕੀ ਇੱਧਰੋਂ ਸਾਈਡ ਤੋਂ ਤੁਹਾਨੂੰ ਅਗਾੜੀ ਵੀ ਦਿਖਾਉਣਾ। ਅਗਲਾ ਥੰਨ ਵੀ ਦੇਖੋ, ਸੁਭਾਅ ਦੀ ਵੀ ਠੰਡੀ ਸੀਲ ਰਹੂਗੀ, ਇਹ ਨਹੀਂ ਗੱਲ ਵੀ ਕੋਈ ਇਹਦੇ 'ਚ ਗਰਮੈਸ਼ ਹੋਊਗੀ। ਸਿੰਗਾਂ ਬਾਰੇ ਮੈਂ ਪਹਿਲਾਂ ਦੱਸ ਹੀ ਚੁੱਕਿਆ, ਬਾਕੀ ਬਰੀਕ ਨਾੜਾਂ ਜਿਹੜੀਆਂ ਪੂਰੀ ਚਮੜੀ ਦੇ ਉੱਤੇ ਇੱਥੋਂ ਨਜ਼ਰ ਆਉਂਦੀਆਂ ਹੋਣਗੀਆਂ। ਸੋ ਅੱਜ ਦੀ ਵੀਡੀਓ 'ਚ ਇਹੀ ਨਕਸ਼ ਸੀ, ਮਿਹਰਬਾਨੀ।